एक नवविहता दी भेत भरे हालातों दे विच मौत हो गई है। विहता दा नाम रुखसान है, जिसकी उम्र महज 29 साल दी ही सी। पर व्याह तो कुछ महीने बाद ही रुखसाना दी मौत हो गई है। पेका परिवार वालों मौत दे इल्जाम सौरा परिवार ते लगाए जा रहे ने कि उन्हां दी बेटी दा उसके सौरा परिवार ने ही कतल किया है। रुखसाना दा व्याह 6 महीने पहला नंगल दे नाल लगदे जिला उन्हां दे पिंड पुरखू दे रहण वाले अमीर खान नाल होया सी, पर हुण रुखसाना दी मौत हो गई है। इस मौके मृतका दी माता सुंदर बानो अते भरा मुहम्मद आर्यन ने पुलिस दे उच्च अधिकारियों तो इंसाफ दी मांग कीती है ते नाल ही कहा कि साडी धी नूं गला घोट के मारिया गया है, क्योंकि व्याह तो कुछ दिनों बाद ही उसका सहुरा परिवार दहेज लई उन्हां दी धी नूं तंग परेशान कर रहा सी। जानकारी मुताबिक अजे अप्रैल महीने दे विच ही रुखसाना दा व्याह अमीर खान दे नाल होया सी ते उसका पति भाखड़ा ब्यास मैनेजमेंट बोर्ड दे विच नौकरी करदा है। व्याह तो कुछ दिनों बाद ही सहुरा परिवार वालों कुड़ी नूं दाज लई परेशान किया जा लग्या अते बीते दिन रुखसाना की माँ कोल उसके सहुरे परिवार का फोन आया कि उन्हां दी बेटी अस्पताल दे विच दाखिल है, जिसनों सुन के उन्होंने पैरों के हेठों जमीन खिसक गई। जो अस्पताल दे विच उन्होंने जाके वेख्या तो उन्होंने धी की लाश बैड से पई सी। उसके गले ते निशान सन ते चेहरा भी नीला होया पिया सी, जिसनों वेख के परिवार सीधे तौर पर सहुरा परिवार से कतल के इल्जाम लगा रहा है, इंसाफ की मांग की जा रही है। हालांकि पुलिस ने लाश को पोस्टमार्टम लिए अपने कब्जे में लैके अगली कार्रवाई शुरू कर दी है। मेरा नाम सुंदर बानो है, बेटी का नाम रुखसाना है, जिन्हों ब्याई उसका नाम अवीर खान है। अप्रैल महीने च ब्याई है 12 तरीक नूं। ठीक है जी। ਤੇ ਜਦ ਤੋਂ ਵਿਆਹੀ ਹੈ ਜਦ ਤੋਂ ਇਹਨੂੰ ਟੋਰਚਰ ਕਰਦੇ ਤੇ ਠੀਕ ਹੈ ਦਾਜ ਦਹੇਜ ਨੂੰ ਵੀ ਕਹਿੰਦੇ ਸੀ। ਮੈਂ ਇਹਨਾਂ ਦੇ ਮਰਜ਼ੀ ਨਾਲ ਇਹਨਾਂ ਦੇ ਸਾਰੇ ਇੱਛੇ ਪੂਰੀ ਕੀਤੀ, ਵਿਆਹ ਨੂੰ ਵੀ ਰਿੰਗ ਸਰਮਨੀ ਨੂੰ ਵੀ। ਹਾਂਜੀ ਸਾਰੇ ਇਹਨਾਂ ਰੀਝਾਂ ਪੂਰੀਆਂ ਕੀਤੀਆਂ, ਪਰ ਉਹਨੂੰ ਤੁਰਦੇ ਫਿਰਦੇ ਕਹਿੰਦੇ ਜੇ ਅਸੀਂ ਦਾਜ ਨਾ ਦਿੱਤੀ ਸੀ ਲਿਆਣਾ ਤਾਂ ਬਣਦਾ ਏ, ਸੋਨਾ ਚਾਂਦੀ ਤੇ ਬੰਦਾ ਦੇ ਸਕਦਾ। ਹਾਂਜੀ ਤੇ ਮੈਨੂੰ ਪਤਾ ਨਸਤਾ ਥੋ ਛੋਟੀਆਂ ਮੋਟੀਆਂ ਗੱਲਾਂ ਚੱਲਦੀਆਂ ਸੀ ਕਾਫੀ ਚਿਰ ਦੀਆਂ। ਮੈਂ ਆਪਣੇ ਭੈਣ ਭਰਾਵਾਂ ਨੂੰ ਦੱਸਿਆ ਨਹੀਂ ਵੀ ਕਿਉਂਕਿ ਮੇਰੀ ਬੱਚੀ ਵਸਦੀ ਰਹੇ ਕਿਸੇ ਤਰ੍ਹਾਂ ਇਹਨਾਂ ਘਰ 'ਚ, ਪਰ ਹੁਣ ਮੈਨੂੰ ਇਹ ਨਾ ਸਹੀ ਨਾ ਕੋਲੋਂ ਉਮੀਦ ਪਈ ਨਹੀਂ ਇਹ ਕੁਛ ਮੇਰੀ ਬੱਚੀ ਨਾਲ ਕਰਨਾ ਹੈ। ਮੇਰੀ ਬੱਚੀ ਨਾਲ ਨਜਾਇਜ਼ ਹੋਇਆ, ਬਹੁਤ ਮਾੜਾ ਹੋਇਆ, ਪਤਾ ਨਹੀਂ ਕਿੱਦਾਂ ਮਾਰੀ ਕਿੱਦਾਂ ਨਹੀਂ ਇਹ ਇਹਨਾਂ ਨੂੰ ਪਤਾ ਹੈ। ਬਸ ਮੈਂ ਤਾਂ ਪਬਲਿਕ ਤੋਂ ਦੁਨੀਆ ਤੋਂ ਸਾਰਿਆਂ ਤੋਂ ਇਨਸਾਫ ਚਾਹੁੰਦੀ ਹੈ। ਮੇਰੀ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਕਿ ਗਾਹਾਂ ਬੱਚੀਆਂ ਵਾਸਤੇ ਕਿਸ ਵਾਸਤੇ ਹਾਦਸਾ ਇਦਾਂ ਦਾ ਨਾ ਹੋਵੇ। ਤੇ ਕਿਹੜੇ ਪਿੰਡ ਵਿਆਹੀ ਸੀਗੀ? ਇਹ ਪੁਖਰੂਆਂ ਵਿਆਹੀ ਸੀ ਜੀ। ਇਹ ਉਨਾ ਡਿਸਟ੍ਰਿਕਟ ਉਨਾ ਪੈਂਦਾ? ਹਾਂਜੀ ਉਨਾ ਜੀ। ਜਿੱਦਾਂ 5 ਮਹੀਨੇ ਪਹਿਲੇ ਵਿਆਹੀ ਤੇ ਕਿਹੜੇ ਮਹੀਨੇ ਤੋਂ ਉਹਨੂੰ ਟੋਰਚਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ? ਉਹਨਾਂ ਜੀ ਇੱਕ ਤਰ੍ਹਾਂ ਹਫ਼ਤੇ ਬਾਅਦ ਲੱਗ ਗਏ ਸੀ ਕਰਨਾ। ਤੇ ਮਤਲਬ ਤੁਹਾਡਾ ਟਾਈ ਅਪ ਰਾਬਤਾ ਹੁੰਦਾ ਸੀਗਾ ਬੇਟੀ ਨਾਲ? ਹਾਂਜੀ ਆ ਜਾਂਦੇ ਸੀ, ਕਰ ਲੈਂਦੇ ਸੀ, ਘੱਟ ਆਉਂਦੇ ਸੀ, ਨਾਲੇ ਆਉਂਦੇ ਸੀ ਨਾਲੇ ਲੈ ਜਾਂਦੇ ਸੀ। ਤੇ ਕਦੇ ਪੰਚਾਇਤਾਂ ਵਗੈਰਾ ਬੈਠੀਆਂ, ਕਦੇ ਕੁਛ ਇੱਦਾਂ ਦੀ ਗੱਲਬਾਤ ਹੋਈ? ਇੱਦਾਂ ਦੀ ਨਹੀਂ ਹੋਈ, ਕੋਈ ਗੱਲ ਨਹੀਂ ਹੋਈ ਇੱਦਾਂ ਦੀ। ਤੇ ਮੁੰਡਾ ਕੀ ਕਰਦਾ ਹੈ? ਮੁੰਡਾ ਜੀ ਭਾਖੜਾ ਜਾਂਦਾ ਹੈ। ਬੀਬੀਐਮਬੀ ਜੋਬ ਕਰਦਾ? ਹਾਂਜੀ ਜੀ ਬੀਬੀਐਮਬੀ ਜੋਬ ਕਰਦਾ। ਤੇ ਹੁਣ ਤੁਹਾਨੂੰ ਪਤਾ ਕਿੱਦਾਂ ਲੱਗਿਆ ਵੀ ਕਿੱਦਾਂ ਜਿਹੜਾ ਇਹ ਕਤਲ ਕੀਤਾ ਗਿਆ ਜਾਂ ਜੋ ਵੀ ਕੀਤਾ ਗਿਆ? ਸਾਨੂੰ ਜੀ 7:30 ਵਜੇ ਫੋਨ ਆਇਆ ਸਾਨੂੰ ਕਿ ਤੁਹਾਡੀ, ਹਾਂਜੀ ਕਿ ਤੁਹਾਡੀ ਕੁੜੀ ਮਰ ਗਈ, ਤੁਹਾਡੀ ਕੁੜੀ ਅਸੀਂ ਇੱਥੇ। ਮੈਂ ਕਿਹਾ ਤੁਸੀਂ ਹੈ ਕਿੱਥੇ? ਕਹਿੰਦੇ ਜੀ ਅਸੀਂ ਉਨਾ ਹਸਪਤਾਲ 'ਚ ਹੈ ਸਰਕਾਰੀ 'ਚ। ਠੀਕ ਹੈ। ਸਾਨੂੰ ਕੁਛ ਨਹੀਂ ਪਤਾ ਲੱਗਿਆ, ਅਸੀਂ ਜਿੱਦਾਂ ਗਏ ਮੈਂ ਉਹਦੇ ਕੋਲ ਕੋਈ ਨਹੀਂ ਦੇਖਿਆ, ਮੇਰੀ ਬੱਚੀ ਇਕੱਲੀ ਪਈ ਸੀ ਉੱਥੇ, ਮੈਂ ਇਕੱਲੀ ਆਪਣੀ ਬੱਚੀ ਦੇਖੀ। ਉਹਦੇ ਕੋਲ ਨਾ ਉਹਦੀ ਸੱਸ ਸੀ, ਨਾ ਸਹੁਰਾ ਸੀ, ਨਾ ਉਹਦੇ ਘਰ ਵਾਲਾ ਸੀ, ਕੋਈ ਨਸਤਾ। ਮੇਰੀ ਬੱਚੀ ਲਵਾਰ ਸਵਾਂਗੋ ਪਈ ਸੀ ਇੱਕ ਪਾਸੇ। ਠੀਕ ਹੈ। ਤੇ ਤੁਹਾਨੂੰ ਫੋਨ ਕਿਹਦਾ ਆਇਆ ਸੀਗਾ? ਮੈਨੂੰ ਫੋਨ ਉਹਦੇ ਸਹੁਰੇ ਦਾ ਆਇਆ ਸੀ। ਸਹੁਰੇ ਦਾ ਫੋਨ ਆਇਆ, ਪਰ ਮੌਕੇ ਤੇ ਹਸਪਤਾਲ ਕੋਈ ਵੀ ਨਹੀਂ ਸੀਗਾ? ਮੌਕੇ ਤੇ ਹਸਪਤਾਲ ਕੋਈ ਨਸਤਾ। ਸਵੇਰ ਨੂੰ ਮੇਰੀ ਗੱਲ ਹੋਈ ਮੇਰੀ ਬੱਚੀ ਨਾਲ 11 ਵਜੇ। ਠੀਕ ਹੈ। ਮੈਨੂੰ ਕਹਿੰਦੀ ਮੰਮੀ ਖੁਸ਼ ਖਬਰੀ ਹੈ। ਮੈਂ ਕਿਹਾ ਦੱਸੋ ਬੱਚਾ? ਕਹਿੰਦੀ ਮੰਮੀ ਮੈਂ ਗਾਹਾਂ ਬੱਚਾ ਬਣਨ ਬੱਚੇ ਵਾਲੀ ਹੈ। ਮੈਂ ਕਿਹਾ ਠੀਕ ਹੈ। ਮੈਂ ਕੋਈ ਗੱਲ ਨਹੀਂ ਬੇਟਾ, ਠੀਕ ਹੈ। ਬਸ 2-4 ਗੱਲਾਂ ਫੇਰ ਕੀਤੀਆਂ, ਫੇਰ ਫੋਨ ਸਾਡਾ ਕੱਟ ਹੋ ਗਿਆ। ਸ਼ਾਮ ਨੂੰ ਸਾਨੂੰ ਇਹੀ ਫੋਨ ਆਇਆ 7:30 ਵਜੇ। ਠੀਕ ਹੈ। ਪੂਰੀ ਹੋਈ ਦਾ ਫੋਨ ਆਇਆ ਸਾਨੂੰ। ਠੀਕ ਹੈ। ਮੇਰੀ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ, ਬਸ ਮੈਂ ਇਹੀ ਚਾਹੁੰਦੀ ਹਾਂ। ਮੇਰੀ ਇਹੀ ਬੇਨਤੀ ਹੈ, ਇਹੀ ਹੱਥ ਜੋੜੇ। ਹਿਮਾਚਲ ਪੁਲਿਸ ਠੀਕ ਹੈ, ਸਾਥ ਦਿਆ ਕਰਦੀ ਹੈ, ਗਾਹਾਂ ਵੀ ਸਾਡਾ ਸਾਥ ਦੇਵੇ ਉਹ। ਹਾਂ ਸਾਨੂੰ ਉਹਨਾਂ 'ਤੇ ਮਾਣ ਹੈ, ਸਾਨੂੰ ਉਹਨਾਂ 'ਤੇ ਆਸ ਉਮੀਦ ਲਾਈ ਹੈ ਮੈਂ ਕਿ ਮੇਰੀ ਬੱਚੀ ਨੂੰ ਔਰ ਮੈਨੂੰ ਇਨਸਾਫ ਮਿਲਣਾ ਚਾਹੀਦਾ ਹਿਮਾਚਲ ਪੁਲਿਸ ਤੋਂ। ਠੀਕ ਹੈ। ਹਾਂਜੀ ਨਾਮ ਹੈ ਭਾਜੀ? ਮੇਰਾ ਨਾਮ ਆਰੀਅਨ ਹੈ ਸਰ। ਮੇਰੀ ਭੈਣ ਦਾ ਕਤਲ ਕੀਤਾ ਜੀ, ਇਹਨੇ ਬਹੁਤ ਮਾੜਾ ਕੀਤਾ ਇਹਨੇ। ਹਾਂਜੀ। ਉਸ ਦਿਨ ਦੁਪਹਿਰ ਨੂੰ 1:30 ਵਜੇ ਤੱਕ ਮੇਰੇ ਨਾਲ ਉਹਦੀ ਚੈਟ ਹੋਈ, ਤਾਂ ਇਹਨੇ ਸ਼ਾਮ ਨੂੰ ਸਾਨੂੰ ਫੋਨ ਕਰਕੇ ਦੱਸਿਆ 7:30 ਵਜੇ ਕਿ ਉਨਾ ਹੋਸਪਿਟਲ ਪੁੱਜ ਜਾਓ। ਫਿਰ ਜਦ ਉੱਥੇ ਜਾ ਕੇ ਅਸੀਂ ਦੇਖਿਆ ਸਾਡੀ ਕੁੜੀ ਨਾਲ ਇੱਦਾਂ ਇੱਦਾਂ ਹੋਇਆ। ਉਹਦੇ ਸਰ ਬੁੱਲ ਵੀ ਨੀਲੇ ਫਿਰੇ ਸੀਗੇ। ਉਹ ਕੰਮ 3-4 ਘੰਟੇ ਪਹਿਲਾਂ ਦਾ ਹੋਇਆ, ਉਹ ਇਹਨੇ ਦੱਸਿਆ ਸਾਨੂੰ। 3-4 ਘੰਟੇ ਬਾਅਦ 'ਚ ਫੋਨ ਕੀਤਾ ਜੀ,
ਜਿਆਦਾ ਸੀ ਉੱਥੇ ਜਾ ਕੇ ਦੇਖਿਆ ਕੋਲ ਕੋਈ ਵੀ ਨਹੀਂ ਸਾਡੀ ਕੁੜੀ ਕੱਲੀ ਸੀਗੀ ਉੱਥੇ ਸਾਨੂੰ ਇਨਸਾਫ ਸਰ ਮਿਲਣਾ ਚਾਹੀਦਾ ਤੇ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪੁਲਿਸ ਨੇ ਤਿੰਨੇ ਗ੍ਰਿਫਤਾਰ ਕਰ ਲਏ ਜੀ ਗ੍ਰਿਫਤਾਰ ਕੀਤੇ ਹਾਂਜੀ ਤੇ ਉਮੀਦ ਹੈ ਵੀ ਜਿਹੜਾ ਇਨਸਾਫ ਹੈ ਹਾਂਜੀ ਹਿਮਾਚਲ ਪੁਲਿਸ ਤੇ ਸਾਨੂੰ ਪੂਰੀ ਉਮੀਦ ਹੈ ਸਰ ਫਿਲਹਾਲ ਤੱਕ ਸਾਡਾ ਪੂਰਾ ਸਾਥ ਦੇ ਰਹੀ ਹੈ ਹਿਮਾਚਲ ਪੁਲਿਸ ਤੇ ਅੱਜ ਬੇਟੀ ਨੂੰ ਕਿੱਥੇ ਮ੍ਰਿਤਕ ਦੇਹ ਨੂੰ ਦਫਨਾਉਣਾ ਇਹਨੂੰ ਅਸੀਂ ਬ੍ਰਹਮਪੁਰ ਦਫਨਾਉਣਾ ਜੀ ਠੀਕ ਹੈ ਹਾਂਜੀ ਤਸਵੀਰ ਤੇ ਬਦਲਣਾ मामला हुआ है दोनों पक्षों में आरोप प्रतिरोप हुआ है और साथ में आरोप ये भी है कि जो ससुराल वाले हैं वो हॉस्पिटल में नहीं हैं भागे हैं वो सुसाइड नहीं है वो मर्डर है क्या है सर पूरा मामला है क्या ये कल रात का मामला है एक जैसे जो प्राइम ऑफिसी जो है प्रथम दृष्टया ये सुसाइड का मामला नज़र आ रहा है जो एक लड़की है जो विवाहिता थी उसने सुसाइड किया अब जो उसके माता पिता हैं उनका ये आरोप है कि भाई ये सुसाइड नहीं है ये मर्डर है तो इसमें जैसे 306 होती थी पहले धारा अबेटमेंट टू सुसाइड उसमें और सुसाइड में दर्ज किया गया है मामला और इसकी पोस्टमार्टम कराया जाएगा पोस्टमार्टम के बाद ये क्लियर हो जाएगा कि ये सुसाइडल है या होमिसाइडल है या किसी ने मारा मतलब होमिसाइडल और अभी जो वो है अरेस्ट कर लिए गए हैं जो उसके जो हस्बैंड वगैरह है तो जैसी भी आएगी पोस्टमार्टम की रिपोर्ट उसके अकॉर्डिंगली कर लिया जाएगा कितने लोग अरेस्ट किए हैं सर अभी जो है इसके जो हस्बैंड है वो शायद उसके फादर हैं तो धन्यवाद धन्यवाद